ਸਤਿਗੁਰ ਸਾਰਿਆਂ ਨੂੰ। ਸੋ ਅੱਜ ਆਪਾਂ ਆਏ ਆ ਸਾਡੇ ਵੱਡੇ ਭਾਈ ਪ੍ਰਿੰਸ ਜੀ ਦੇ ਕੋਲ। ਸਤਿਗੁਰ ਜੀ ਇਹ ਭਾਜੀ ਪਹਿਲਾਂ ਮੈਂ ਕਹਿਣਾ ਚਾਹੁੰਦਾ ਵਾਂ ਕਿ ਤੁਹਾਡਾ ਆਪਣੀ ਸ਼ੌਪ ਦੀ ਲੋਕੇਸ਼ਨ ਦੱਸੋ ਫਸਟ ਆਫ ਆਲ। ਮੇਰੀ ਸ਼ੌਪ ਦੀ ਲੋਕੇਸ਼ਨ ਹੈਗੀ ਆ ਭਾਜੀ ਅੱਡਾ ਘਰਾਲੀ ਕਾਲਾ ਸਿੰਘ ਰੋਡ ਜਲੰਧਰ। ਠੀਕ ਹੈ ਜੀ। ਅਤੇ ਆਪਣਾ ਕਿਸ ਤਰ੍ਹਾਂ ਦੀ ਬੀਡ ਆ? ਮੈਨੂੰ ਸੁਣਨ ਆਇਆ ਤੁਹਾਡੇ ਕੋਲ ਓਵਰ ਜਿਹੜੀ ਸਭ ਤੋਂ ਬੈਸਟ ਕੁਆਲਿਟੀ ਦੀ ਮਿਲਦੀਆਂ ਵਾਂ, ਅਤੇ ਕਿਸ ਕਿਸ ਤਰ੍ਹਾਂ ਦੀਆਂ ਵਾ? ਜੀ ਆਪਣੇ ਕੋਲ ਕਾਫੀ ਬਰੀਡਸ ਹੈਗੀਆਂ ਆ, ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਕੋਲ ਆਲ ਓਵਰ ਬਰੀਡਸ ਹੈਗੀਆਂ। ਆਲ ਓਵਰ ਬਰੀਡ ਕੋਈ ਵੀ ਨਹੀਂ ਰੱਖ ਸਕਦਾ, ਨਾ ਹੀ ਕਿਸੇ ਕੋਲ ਹੈਗੀਆਂ ਆ। ਆਹ ਇਹ ਹੁੰਦਾ ਕਿ ਕੋਈ 5-10 ਬਰੀਡਸ ਜਿਹੜੀਆਂ ਮੇਨ ਆ ਚੰਗੀਆਂ ਨਾ ਬੰਦਾ ਉਹ ਰੱਖ ਸਕਦਾ ਆ। ਅਤੇ ਮੇਰੇ ਕੋਲ ਇਸ ਟਾਈਮ ਅਮੈਰੀਕਨ ਬੁਲੀ ਹੈਗੇ ਨੇ, ਡੋਗੋ ਆ, ਫਰੈਂਚ ਬੁਲ ਡੋਗ ਆ, ਲੈਬਰ ਆ, ਜਰਮਨ ਸ਼ੈਫਰਡ ਆ, ਅਤੇ ਤੁਹਾਨੂੰ ਮੈਂ ਦਿਖਾਵਾਂਗਾ ਪਿੱਛੇ ਆ ਤੁਸੀਂ ਦੇਖਾ। ਜਿੱਦਾਂ ਤੁਸੀਂ ਦੱਸਦੇ ਹੋ ਆਪਾਂ ਤਾਂ ਪ੍ਰੋਡੋਗੋ ਆ, ਅਤੇ ਪਿਟਬੁੱਲ ਆ, ਜਾਂ ਅਮੈਰੀਕਨ ਬੁਲੀ ਆ, ਸੋ ਇਹਨਾਂ ਨੇਚਰ ਕਿਹੋ ਜਿਹਾ? ਜਿੱਦਾਂ ਹੁਣ ਲੋਕ ਕਹਿ ਰਹੇ ਆ ਬਹੁਤ ਡੇਂਜਰਸ ਹੈ ਜਾਂ ਬੈਨ ਲੱਗਾ ਵਾ, ਕੀ ਤੁਸੀਂ ਇਹਨਾਂ ਦੇ ਕਹਿਣਾ ਚਾਹੋਗੇ? ਭਾਜੀ ਡੇਂਜਰਸ ਗੱਲ ਪਤਾ ਕੀ ਆ, ਜਦੋਂ ਅਸੀਂ ਕੋਈ ਬੱਚਾ ਰੱਖਦੇ ਹਾਂ ਨਾ, ਉਹ ਮੇਨ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਰੱਖਦੇ ਹਾਂ, ਕੀ ਸਿਖਾਉਂਦੇ ਹਾਂ ਬਚਪਨ ਦੇ ਵਿੱਚ, ਕੀ ਨਹੀਂ ਸਿਖਾਉਂਦੇ ਨਾ, ਉਸ ਚੀਜ਼ 'ਤੇ ਡਿਪੈਂਡ ਕਰਦਾ। ਜਿੱਦਾਂ ਹੁਣ ਕਹਿੰਦਾ ਤੁਹਾਨੂੰ ਫੋਰ ਐਗਜ਼ਾਮਪਲ, ਜਿੱਦਾਂ ਕਈ ਲੋਕ ਰੱਖਦੇ ਆ ਨਾ, ਜਦੋਂ ਬੱਚਾ ਆਇਆ ਉਹਨੂੰ ਵੱਢਣਾ ਸਿਖਾਉਣਗੇ, ਵੱਢਦਾ ਤਾਂ ਉਹ ਖੁਸ਼ ਹੁੰਦੇ ਆ, ਵੱਢਦਾ ਹੈ ਜੀ, ਵੱਢਦਾ ਹੈ ਨਾ, ਵੱਢਦਾ ਪਿਆ। ਜਦੋਂ ਉਹ ਵੱਡਾ ਹੋ ਕੇ ਵੱਢਦਾ ਆ, ਫਿਰ ਤੰਗ ਹੁੰਦੇ ਆ ਅੱਗੇ ਕਿ ਉਹ ਸਾਨੂੰ ਵੱਢਦਾ ਪਿਆ ਆ। ਇਹ ਚੀਜ਼ ਆ, ਮਤਲਬ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਆ ਕਿ ਘਰ ਰੱਖਦੇ ਆ, ਅਸੀਂ ਆਪਣੇ ਬੱਚੀ ਨੂੰ ਜਿੱਦਾਂ ਦੀ ਨੇਚਰ ਦਿੰਦਾ ਦੇਵਾਂਗੇ ਪਰਿਵਾਰ ਚੋਂ, ਉਹ ਉੱਦਾਂ ਦਾ ਬਣਦਾ। ਅਤੇ ਸੇਮ ਇਹ ਚੀਜ਼ ਮਤਲਬ ਡੋਗ 'ਤੇ ਆਪਾਂ ਕਰ ਸਕਦੇ ਹਾਂ, ਫੋਲੋ, ਕੋਈ ਦਿੱਕਤ ਨਹੀਂ, ਕਿ ਜਿੱਦਾਂ ਅਸੀਂ ਰੱਖਾਂਗੇ ਡੋਗ ਨੂੰ ਉੱਦਾਂ ਦਾ ਬਣੇਗਾ। ਠੀਕ ਹੈ। ਸੋ ਜਿੱਦਾਂ ਹੁਣ ਆਪਾਂ ਤੁਸੀਂ ਕਹਿ ਰਹੇ ਸੀ ਆਪਾਂ ਡਿਪੈਂਡ ਕਰਦਾ, ਅਤੇ ਇਹਨਾਂ ਦੀ ਪ੍ਰਾਈਸ ਕੋਸਟ ਕੀ ਆਪਾਂ ਨੂੰ, ਕਿੰਨੇ ਤੱਕ ਬੱਚਾ ਮਿਲ ਜਾਏਗਾ ਜੇ ਆਪਾਂ ਕਿਸੇ ਦਾ ਲੈਣਾ? ਪ੍ਰਾਈਜ਼ ਭਾਅ ਜੀ ਇੱਦਾਂ ਹਰੇਕ ਦੀ ਅਲੱਗ ਅਲੱਗ ਕੋਸਟ ਆ, ਜਿੱਦਾਂ ਲੈਬਰਾਂ ਦੀ ਕੁਛ ਹੋਰ ਆ, ਸ਼ੈਫਰ ਦੀ ਕੁਛ ਹੋਰ ਆ, ਫਿਰ ਜਿੱਦਾਂ ਸ਼ੈਫਰ ਦੇ ਵਿੱਚ ਵੀ ਹੈ ਜੀ, ਇਹਦੇ ਵਿੱਚ ਵੀ ਕੁਆਲਿਟੀ ਆ ਜਾਂਦੀ ਆ, ਜਿੱਦਾਂ ਸਿੰਗਲ ਕੋਡ ਹੋ ਗਿਆ, ਡਬਲ ਕੋਡ, ਲੌਂਗ ਕੋਡ ਹੋ ਗਿਆ, ਮਤਲਬ ਇਹ ਡਿਪੈਂਡ ਕਰਦਾ ਕਿ ਅਸੀਂ ਕਿੱਦਾਂ ਦੀ ਕੁਆਲਿਟੀ ਲੈਣੀ ਹੈ ਨਾ, ਉਸ ਚੀਜ਼ 'ਤੇ ਡਿਪੈਂਡ ਕਰਦਾ ਕਿ ਕਿੱਦਾਂ ਦਾ ਰੇਟ ਹੁੰਦਾ ਹੈ। ਬਾਕੀ ਜਿੱਦਾਂ ਵੀ ਹੁਣ ਤੁਸੀਂ ਦੱਸ ਰਹੇ ਕਿ ਡੋਗ ਦੱਸਣੀ ਤਰ੍ਹਾਂ ਉਹਦਾ ਡਾਇਟ ਤੁਸੀਂ ਕੀ ਦਿੰਦੇ ਆ, ਖਾਣ ਨੂੰ ਕੀ ਦੇ ਰਹੇ ਅੱਜ ਕੱਲ੍ਹ? ਭਾਅ ਜੀ ਡੋਗ ਦੀ ਡਾਇਟ ਸਾਡੇ ਕੋਲ ਇੱਦਾਂ ਆ ਕਿ ਇੱਕ ਟਾਈਮ ਤਾਂ ਅਸੀਂ ਮੀਟ ਪਾਈਦਾ, ਅਸੀਂ ਇੱਦਾਂ ਹੁਣ ਘਰ ਦੇ ਵਿੱਚ ਤਾਂ ਹੁੰਦਾ ਕਿ ਲੋਕ ਜਿੱਦਾਂ ਚਪਾਤੀ ਰੋਟੀਆਂ ਪਾ ਦਿੰਦੇ ਆ, ਕਿੱਦਾਂ ਆ ਇੱਥੇ ਸਾਡੇ ਕੋਲ ਇੱਦਾਂ ਹੁੰਦਾ ਕਿ ਅਸੀਂ ਇੱਦਾਂ ਚਾਵਲ, ਦਲੀਆ ਅਤੇ ਮੀਟ ਇਹ ਸਾਰਾ ਮਿਕਸ ਕਰਕੇ ਨਾ ਇਹਨਾਂ ਦਾ ਬਣਾਈਦਾ ਆ, ਉਹ ਡਾਇਟ ਇਹਨਾਂ ਨੂੰ ਪਾਈਦੀ ਭਾਅ ਜੀ ਅਸੀਂ। ਠੀਕ ਹੈ। ਉਹ ਬਾਕੀ ਤਾਂ ਹੁਣ ਆਪਾਂ ਪਿੱਛੇ ਜਾ ਕੇ ਦਿਖਾਉਂਦੇ ਹਾਂ ਭਾਈ ਦੋ ਕਿਹੜੇ ਕਿਹੜੇ ਹੋਰ ਤਰ੍ਹਾਂ ਬੀਡ ਸਰ। ਸੋ ਚਲੀਏ ਭਾਈ ਆਪਾਂ ਬਾਹਰ। ਚਲੋ ਬਾਈ ਜੀ। ਇਹ ਹੈਗਾ ਭਾਅ ਜੀ ਲੈਬਰਾਡੋਗ, ਇਹਦਾ ਨਾਮ ਹੈਗਾ ਸਿੰਬਾ। ਸਿੰਬਾ ਬਸ 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 ਸੇਠ ਸੇਠ, ਇਹ ਭਾਅ ਜੀ ਫੈਮਲੀ ਡੋਗ ਮੰਨਿਆ ਜਾਂਦਾ ਹੈ, ਮਤਲਬ ਬੱਚਿਆਂ ਦੇ ਨਾਲ ਜਿੱਦਾਂ ਆਪਾਂ ਘਰ 'ਚ ਰੱਖਣਾ ਹੈ ਨਾ, ਤਾਂ ਬਿਲਕੁਲ ਸੇਫ ਮੰਨਿਆ ਜਾਂਦਾ, ਕੋਈ ਇੱਦਾਂ ਦੀ ਟੈਨਸ਼ਨ ਨਹੀਂ। ਜਿੱਦਾਂ ਮਤਲਬ ਅਮੈਰੀਕਨ ਬੁਲੀ ਤੋਂ ਜਾਂ ਕਿਸੇ ਤੋਂ ਨਾ, ਲੋਕ ਡਰਦੇ ਨੇ ਕਿ ਬੱਚਿਆਂ ਨੂੰ ਵੱਢੇਗਾ ਜਾਂ ਕਿੱਦਾਂ, ਉਹਨੂੰ ਬਿਲਕੁਲ ਸੇਫ ਮੰਨਦੇ ਨੇ, ਫੈਮਲੀ ਡੋਗ ਕਹਿ ਸਕਦੇ ਨੇ। ਚਲੋ ਸੋ ਹੈਜ਼ ਵੈਲ, ਜਿੱਦਾਂ ਕਿ ਇਹ ਇੱਕ ਛੋਟਾ ਜਿਹਾ ਵਿਊ ਆ ਸ਼ੋਪ ਦਾ, ਤੁਸੀਂ ਨੰਬਰ ਨੋਟ ਕਰ ਸਕਦੇ ਉੱਪਰ ਲਿਖੇ ਨੇ ਡੀ ਪੈਟ ਪੁਆਇੰਟ। ਭਾਅ ਜੀ ਇਹ ਹੈਗਾ ਸਾਡਾ ਪਾਕਿਸਤਾਨੀ ਬੁਲੀ, ਅਤੇ ਇਹਦਾ ਨਾਮ ਹੈਗਾ ਸੈਂਡੀ। ਸੈਂਡੀ ਇਹ ਵੀ ਭਾਅ ਜੀ ਫਰੈਂਡਲੀ ਹੈ, ਉੱਦਾਂ ਹੀ ਜਿੱਦਾਂ ਮਤਲਬ ਗੱਲ ਆ ਜਾਂਦੀ ਕਿ ਅਸੀਂ ਰੱਖਦੇ ਕਿੱਦਾਂ ਆ, ਰੱਖਣ 'ਤੇ ਡਿਪੈਂਡ ਕਰਦਾ ਆ, ਅਤੇ ਪਰ ਇਹ ਕਿ ਇਹਨੂੰ ਘਰ ਦੇ ਵਿੱਚ ਲੋਕ ਸੇਫ ਨਹੀਂ ਮੰਨਦੇ, ਉਹ ਕਹਿੰਦੇ ਕਿ ਫਾਈਟਰ ਡੋਗ ਮੰਨਦੇ ਆ ਇਹਨੂੰ, ਅਤੇ ਡਰ ਲੱਗਦਾ ਕਿ ਬੱਚੇ ਜਿਹਦੇ ਘਰ 'ਚ ਮਤਲਬ ਹੁੰਦੇ ਆ ਨਾ, ਇਹਨਾਂ ਦੇ ਛੋਟੇ ਬੱਚੇ ਹਰੇਕ ਘਰ 'ਚ ਹੁੰਦੇ ਆ, ਬੱਚਿਆਂ ਕਰਕੇ ਲੋਕ ਡਰਦੇ ਨੇ ਕਿ ਬੰਦੇ ਨੇ ਬਾਹਰ ਵੀ ਜਾਣਾ ਜਾਂ ਕਿੱਦਾਂ ਨਾ, ਵੀ ਪਿੱਛੇ ਬੱਚੇ ਸਾਡੇ ਸੇਫ ਰਹਿਣ। ਅਤੇ ਪਰ ਗੱਲ ਫਿਰ ਵੀ ਉੱਥੇ ਰਹਿੰਦੀ ਭਾਅ ਜੀ ਇਹਦੇ ਨਾਲ, ਵੀ ਬੱਚੇ ਸੇਫ ਆ, ਮੇਰੇ ਘਰ ਦੇ ਵਿੱਚ ਵੀ ਆ, ਅਤੇ ਕੋਈ ਇੱਦਾਂ ਦੀ ਗੱਲ ਨਹੀਂ। ਮੇਰਾ ਆਪਣਾ ਬੇਟਾ ਜਿਹੜਾ 8 ਸਾਲ ਦਾ ਆ, ਅਤੇ ਮਤਲਬ ਗੱਲ ਉੱਥੇ ਹੀ ਆ ਕਿ ਜਿੱਦਾਂ ਅਸੀਂ ਰੱਖਦੇ ਹਾਂ, ਰੱਖਣ 'ਤੇ ਡਿਪੈਂਡ ਕਰਦਾ, ਹੁਣ ਬਿਲਕੁਲ ਫਰੈਂਡਲੀ ਆ। ਆਓ ਤੁਹਾਨੂੰ ਹੋਰ ਦਿਖਾਈਏ। ਹੁਣ ਪੈਟਬੁੱਲ, ਪੈਟਬੁੱਲ ਬਹੁਤ ਮਸ਼ਹੂਰ ਆ ਕਿ ਲੋਕ ਡਰਦੇ ਕਿ ਪੈਟਬੁੱਲ
ਪੈਂਦਾ ਆ ਜੀ, ਮਾਲਕ ਨੂੰ ਵੱਢਦਾ ਆ। ਆ ਜਾ ਤੈਨੂੰ, ਬਿਲਕੁਲ ਸ਼ਾਂਤ ਆ, ਕੋਈ ਦਿੱਕਤ ਨਹੀਂ, ਕੋਈ ਕੁਛ ਨਹੀਂ। ਇਹਦੇ ਨੂੰ ਵੀ, ਇਹਦੇ ਨਾਲ ਵੀ ਮੇਰੇ ਬੱਚੇ ਖੇਡਦੇ ਨੇ, ਇਹਦੇ ਨਾਲ ਪਿੰਡ ਦੇ ਨਿਆਣੇ ਵੀ ਆ ਕੇ ਕਈ ਵਾਰੀ ਖੇਡਦੇ ਨੇ, ਪੈਟ ਬੁੱਲ ਆ, ਕੋਈ ਦਿੱਕਤ ਨਹੀਂ, ਕੋਈ ਕੁਛ ਨਹੀਂ। ਮਤਲਬ ਉਹੀ ਰੱਖਣ 'ਤੇ ਡਿਪੈਂਡ ਆ। ਹਰ ਵਾਰੀ ਮੈਂ ਉੱਥੇ ਵੀ ਕਹਿ ਰਿਹਾ, ਫਿਰ ਕਹਿ ਰਿਹਾ ਮੀਨ, ਕਿਉਂਕਿ ਇਹ ਗੱਲ ਸਮਝਣ ਵਾਲੀ ਹੈ ਕਿ ਕੋਈ ਵੀ ਡੋਗ ਆ ਨਾ, ਅਸੀਂ ਕਹਿੰਦੇ ਕਿ ਉਹ ਡੋਗ ਘਰ ਨਹੀਂ ਲਿਆਉਣਾ ਚਾਹੀਦਾ ਜਾਂ ਉਹ ਡੋਗ ਨਹੀਂ ਰੱਖਣਾ ਚਾਹੀਦਾ ਕਿ ਉਹ ਬਹੁਤ ਵੱਡਦਾ ਆ ਜਾਂ ਹੈ ਨਾ ਪੈਣ ਵਾਲਾ। ਪਰ ਜੀ ਉਹ ਡੋਗ ਦਾ ਕਸੂਰ ਨਹੀਂ ਹੁੰਦਾ, ਉਹ ਸਾਡਾ ਆਪਣਾ ਕਸੂਰ ਆ। ਅਸੀਂ ਜਦ ਉਹਨੂੰ ਸ਼ੁਰੂ ਤੋਂ ਸਹੀ ਤਰੀਕੇ ਨਾਲ ਰੱਖਾਂਗੇ ਨਹੀਂ ਤਾਂ ਉਹ ਫਿਰ ਵੱਡਾ ਹੋ ਕੇ ਸਾਨੂੰ ਮੁਸ਼ਕਿਲ ਦੇਗਾ ਹੀ ਦੇਗਾ ਨਾ। ਜਿੱਦਾਂ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਨਹੀਂ ਠੀਕ ਕਰਦੇ ਅਤੇ ਉਹ ਵੱਡੇ ਹੋ ਕੇ ਸਾਨੂੰ ਦਿੱਕਤ ਦਿੰਦੇ ਆ, ਸੇਮ ਉਹੀ ਚੀਜ਼ ਆ। ਆਹੋ ਤੁਹਾਨੂੰ ਇਹ ਪਤਾ ਟਾਈਗਰ ਹੈਲੋ, ਇਹ ਭਾਅ ਜੀ ਬੁੱਲ ਮਸਟਿਵ, ਆ ਜਾ ਪੁੱਤਰ, ਹੈਲੋ ਆ ਜਾ, ਹੈਲੋ ਜੀ, ਸਾਡਾ ਡੋਗ ਹੈ, ਇਹਦਾ ਨਾਂ ਹੈਗਾ ਟਾਈਗਰ, ਟਾਈਗਰ ਹੈ ਨਾ, ਪਰ ਸੁਸਤ ਰਹਿੰਦਾ ਹੈ ਜੀ, ਖਾ ਪੀ ਕੇ ਸੂਣ ਲੈਣ ਦਾ ਕੰਮ ਹੈ ਇਹਦਾ, ਬਸ ਖਾਣਾ ਖਾਣ ਲਈ ਉੱਠਣਾ ਹੈ ਨਾ। ਇਹ ਭਾਅ ਜੀ ਅਮੈਰੀਕਨ ਬੁਲੀ, ਇਹਦਾ ਨਾਮ ਹੈਗਾ ਗੱਬਰ, ਲੱਗਦਾ ਵੀ ਹੈ ਨਾ ਗੱਬਰ, ਦੇਖੋ ਓਏ ਮੂੰਹ ਦਿਖਾ ਉੱਧਰ ਭਾਅ ਜੀ ਉਹਨਾਂ ਨੂੰ, ਸ਼ਕਲ ਦਿਖਾ। ਹਾਂ ਕੀ ਹੋਇਆ, ਅਸੀਂ ਇਹਨੂੰ ਜਿੰਮ ਵੀ ਜੁਆਇਨ ਕਰਾਇਆ ਹੋਇਆ, ਉੱਪਰ ਪੂਰੀ ਐਕਸਰਸਾਈਜ਼ ਕਰਦਾ, ਜਿਮ 'ਚ ਜਾਂਦਾ। ਇਹ ਵੀ ਬਿਲਕੁਲ ਫਰੈਂਡਲੀ ਹੈ, ਅਮੈਰੀਕਨ ਬੁਲੀ ਹੈ, ਕੋਈ ਦਿੱਕਤ ਨਹੀਂ। ਇਹ ਵੀ ਅਮੈਰੀਕਨ ਬੁਲੀ ਹੈ ਭਾਅ ਜੀ, ਉਹ ਗੱਬਰ ਹੈ, ਇਹ ਬਸੰਤੀ ਹੈ, ਗੱਬਰ ਅਤੇ ਬਸੰਤੀ ਹੈ ਨਾ ਬਸੰਤੀ। ਹਾਂ ਕੀ ਹੋਇਆ, ਚੱਲ ਮੈਂ ਆਉਂਦਾ ਪੁੱਤਰ, ਆਉਂਦਾ ਬਸ ਆਉਂਦਾ ਮੈਂ, ਚਲੋ ਆ ਜਾਓ ਭਾਅ ਜੀ ਅੰਦਰ। ਅਜਾ ਟਾਰਜ਼ਨ, ਇਹ ਭਾਅ ਜੀ ਜਰਮਨ ਸ਼ੈਫਰਡ ਫੀਮੇਲ ਹੈ, ਇਹਦਾ ਨਾਮ ਹੈਗਾ ਟਾਰਜ਼ਨ। ਟਾਰਜ਼ਨ ਇਹਨੂੰ ਭਾਅ ਜੀ ਬੜੀ ਮੁਸ਼ਕਿਲ ਬਚਾਇਆ ਸੀਗਾ, 3 ਕੁ ਮਹੀਨੇ ਪਹਿਲਾਂ ਨਾ ਇਹ ਸੇਲ ਕੀਤੀ ਸੀਗੀ, ਇਹਦੇ ਜ਼ਖਮ ਹੋ ਗਿਆ ਭਾਅ ਜੀ, ਉਹਨਾਂ ਤੋਂ ਕੇਅਰ ਨਹੀਂ ਹੁੰਦੀ ਸੀਗੀ। ਜ਼ਖਮ ਤਾਂ ਅਸੀਂ ਠੀਕ ਕਰਕੇ ਚਲੋ ਉਹਨੂੰ ਸੇਵ ਕਰ ਲਿਆ, ਬਚਾ ਲਿਆ, ਪਰ ਉਦੋਂ ਦੀ ਵਿਚਾਰੀ ਇੱਦਾਂ ਆ ਕਿ ਜਿੱਦਾਂ ਇਹਨੂੰ ਖਾਣਾ ਨਹੀਂ ਮਿਲਦਾ। ਆਓ ਭਾਅ ਜੀ ਤੁਹਾਨੂੰ ਅੱਗੇ, ਇਹਨਾਂ ਖੁੱਲੀਆਂ ਰੱਖੀ ਦਾ ਆਰਾਮ ਨਾਲ, ਸੋਹਣੇ ਲੱਗਦੇ ਘੁੰਮਦੀਆਂ, ਸਾਨੂੰ ਚੰਗੀਆਂ ਲੱਗਦੀਆਂ, ਸ਼ੌਂਕ ਨਾਲ ਰੱਖੀਆਂ ਹੋਈਆਂ ਅਸੀਂ। ਤੋ ਭਾਅ ਜੀ ਇਹ ਕਿਹੜਾ ਡੋਗ ਹੈ? ਭਾਅ ਜੀ ਇਹ ਵੀ ਬੁੱਲ ਮਸਟਿਵ ਹੈ ਅਤੇ ਇਹਦਾ ਨਾਮ ਹੈਗਾ ਡਰੈਗੋ, ਅਤੇ ਇਹਦੀ ਸ਼ਕਲ ਵੀ ਵੈਸੇ ਡਰੈਗਨ ਵਰਗੀ ਹੈ, ਤੁਸੀਂ ਇਹ ਦੇਖੋ। ਚੱਲ ਚੱਲ ਬਸ ਬਸ ਓਕੇ। ਸੋ ਭਾਅ ਜੀ ਇੱਕ ਵਾਰੀ ਤੁਸੀਂ ਆਪਦੀ ਲੋਕੇਸ਼ਨ ਦੱਸ ਦਿਓ ਸ਼ੋਪ ਦੀ, ਅਤੇ ਆਪਣਾ ਨੰਬਰ ਦੱਸ ਦਿਓ ਅਤੇ ਨਾਂ ਦੱਸ ਦਿਓ ਜੀ। ਭਾਅ ਜੀ ਲੋਕੇਸ਼ਨ ਹੈਗੀ ਹੈ ਸ਼ੋਪ ਦੀ, ਕਰਾਲੀ ਅੱਡਾ, ਕਾਲਾ ਸਿੰਘਿਆ ਰੋਡ, ਜਲੰਧਰ। ਸ਼ੋਪ ਦਾ ਨਾਮ ਹੈਗਾ ਡੀ ਪੈਟ ਪੁਆਇੰਟ। ਮੋਬਾਈਲ ਨੰਬਰ ਹੈਗਾ ਭਾਅ ਜੀ 9777999663।
9914066600। ओके जी, थैंक यू सारे दा। सो एक बार आप फेदा ले लेंगे शॉप का ओवरव्यू। यार एक बार तुम फेदा देख सकते हो ओवरव्यू शॉप का। थैंक यू ऑल ऑफ यू वॉचिंग अवर ब्लॉग। साइनिंग आउट ऑफ पीजे बख्शी। लव यू ऑल। पीस।